ਐਂਟਰਟੇਨਮੈਂਟ ਇੰਡਸਟਰੀ ਦੇ ਜਿਹੜੇ ਆਰਟਿਸਟ ਨੇ ਉਹ ਇੰਸਟਾਗ੍ਰਾਮ ਤੇ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਨੇ ਸੋ ਦੈਟ ਉਹਨਾਂ ਦਾ ਇੰਟਰੈਕਸ਼ਨ ਬਣਿਆ ਰਹੇ ਉਹਨਾਂ ਦੇ ਫੈਨਸ ਦੇ ਨਾਲ ਤੇ ਅਸੀਂ ਉਹਨਾਂ ਦੀ ਅਪਡੇਟ ਚੋਂ ਜਿਹੜੀ ਨਵੀਂ ਅਪਡੇਟ ਹੁੰਦੀ ਉਹ ਤੁਹਾਨੂੰ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ ਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਟੋਨੀ ਕੱਕੜ ਦੇ ਨਾਲ ਰਿਲੇਟਡ ਇੱਕ ਨਵੀਂ ਅਪਡੇਟ ਦੇ ਬਾਰੇ ਤੇ ਕੁਝ ਚਿਰ ਪਹਿਲਾਂ ਅਸੀਂ ਤੁਹਾਡੇ ਲਈ ਇੱਕ ਅਪਡੇਟ ਲੈ ਕੇ ਆਏ ਸੀ ਕਿ ਟੋਨੀ ਕੱਕੜ ਬਹੁਤ ਜਲਦ ਆਪਣੇ ਸੌਂਗ ਨਾਗਿਨ ਜੈਸੀ ਦੀ ਵੀਡੀਓ ਲੈ ਕੇ ਆਉਣਗੇ ਤੇ ਇਹ ਉਹਨਾਂ ਨੇ ਦੱਸਿਆ ਸੀ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇੱਕ ਪੋਸਟ ਨੂੰ ਸ਼ੇਅਰ ਕਰਦੇ ਹੋਏ ਤੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਕਿ ਇਸ ਸੌਂਗ ਦੀ ਵੀਡੀਓ ਹੋ ਚੁੱਕੀ ਹੈ ਸ਼ੂਟ ਤੇ ਹਾਲ ਹੀ ਦੇ ਵਿੱਚ ਟੋਨੀ ਕੱਕੜ ਵੱਲੋਂ ਸ਼ੇਅਰ ਕਰ ਦਿੱਤਾ ਗਿਆ ਇਸ ਸੌਂਗ ਦਾ ਪੋਸਟਰ ਵੀ ਤੇ ਇਸ ਸੌਂਗ ਦਾ ਟਾਈਟਲ ਰੱਖਿਆ ਹੈ ਨਾਗਿਨ ਜੈਸੀ ਕਮਰ ਹਿਲਾ ਸੋ ਜੇ ਚੈੱਕ ਕਰੋ ਇਸ ਸੌਂਗ ਦਾ ਇੰਟਰਸਟਿੰਗ ਤੇ ਅਮੇਜ਼ਿੰਗ ਪੋਸਟਰ ਸੌਂਗ ਦੇ ਵਿੱਚ ਅਸੀਂ ਦੇਖਾਂਗੇ ਟੋਨੀ ਕੱਕੜ ਨੂੰ ਪਰ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਸੌਂਗ ਨੂੰ ਲਿਖਿਆ ਹੈ ਗਾਇਆ ਹੈ ਤੇ ਕੰਪੋਜ਼ ਕੀਤਾ ਖੁਦ ਆਪ ਟੋਨੀ ਕੱਕੜ ਨੇ ਤੇ ਸੌਂਗ ਦੇ ਵਿੱਚ ਉਹਨਾਂ ਦੇ ਨਾਲ ਸਾਨੂੰ ਨਜ਼ਰ ਆਣਗੇ ਫੀਚਰ ਕਰਦੇ ਹੋਏ ਐਲਨਾਜ਼ ਨੋਰਾਜ਼ ਤੇ ਸੌਂਗ ਦੀ ਆਡੀਓ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਪਹਿਲਾਂ ਵੀ ਤੇ ਹੁਣ ਇਸ ਸੌਂਗ ਦੀ ਵੀਡੀਓ ਲਈ ਹਰ ਕੋਈ ਐਕਸਾਈਟਡ ਹੈ ਜਿਸ ਨੂੰ ਡਾਇਰੈਕਟ ਕੀਤਾ ਹੈ ਗੁਰਿੰਦਰ ਬਾਵਾ ਨੇ ਸੋ ਜੇ ਇਹ ਸੌਂਗ ਰਿਲੀਜ਼ ਹੋਵੇਗਾ 2 December ਨੂੰ ਤੇ ਇਸ ਨੂੰ ਰਿਲੀਜ਼ ਕੀਤਾ ਜਾਵੇਗਾ ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਟੋਨੀ ਕੱਕੜ ਦੇ ਸੌਂਗ ਦੀ ਆਡੀਓ ਜਿੱਥੇ ਲੋਕਾਂ ਨੂੰ ਪਸੰਦ ਆਈ ਸੀ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਆਏ ਹੋਏ ਸੌਂਗ ਚਾਹੇ ਹੋਵੇ ਧੀਮੇ ਧੀਮੇ ਜਾਂ ਹੋਵੇ ਕਾਂਤਾ ਬਾਈ ਜਾਂ ਹੋਵੇ ਬਿਜਲੀ ਕੀ ਤਾਰ ਇਹ ਸਾਰੇ ਕੁਆਕੀ ਪੈਪੀ ਬੀਟ ਨੰਬਰ ਸੀ ਜਿਸ ਤੇ ਲੋਕ ਨੱਚਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸੋ ਜੇ ਇੱਕ ਹੋਰ ਗਾਣਾ ਐਡ ਹੋਣ ਵਾਲਾ ਇਸ ਲਿਸਟ ਦੇ ਵਿੱਚ ਤੇ ਜਿੰਨਾ ਲੋਕਾਂ ਨੇ ਇਸ ਗਾਣੇ ਦੀ ਆਡੀਓ ਨੂੰ ਪਸੰਦ ਕੀਤਾ ਸੀ ਆਈ ਐਮ ਸ਼ੋਰ ਇਸ ਸੌਂਗ ਦੀ ਵੀਡੀਓ ਵੀ ਉਨੀ ਹੀ ਜ਼ਿਆਦਾ ਅਮੇਜ਼ਿੰਗ ਹੋਣ ਵਾਲੀ ਹੈ ਇਸ ਸੌਂਗ ਦੇ ਲਈ ਅਸੀਂ ਤਾਂ ਐਕਸਾਈਟਡ ਹਾਂ ਪਰ ਨਾਲ ਦੇ ਨਾਲ ਅਸੀਂ ਕੰਗ੍ਰੈਚੁਲੇਟ ਕਰਨਾ ਚਾਹੁੰਦੇ ਟੋਨੀ ਕੱਕੜ ਨੂੰ ਕਿਉਂਕਿ ਇਸ ਸਾਲ ਯਾਨੀ ਕਿ 2019 ਦੇ ਵਿੱਚ ਰਿਲੀਜ਼ ਹੋਏ ਉਹਨਾਂ ਦੇ ਦੋ ਗਾਣੇ ਧੀਮੇ ਧੀਮੇ ਤੇ ਕੋਕਾ ਕੋਲਾ ਇਹਨਾਂ ਦੋਨਾਂ ਗਾਣਿਆਂ ਨੇ 300+ million ਕ੍ਰੋਸ ਕਰ ਲਏ ਨੇ ਯੂਟਿਊਬ ਤੇ ਐਂਡ ਹੀ ਇਜ਼ ਦਾ ਓਨਲੀ ਆਰਟਿਸਟ ਜਿਨ੍ਹਾਂ ਦੇ ਦੋ ਗਾਣੇ ਕ੍ਰੋਸ ਕੀਤੇ ਨੇ 300+ million ਟੋਨੀ ਕੱਕੜ ਦੇ ਪੁਰਾਣੇ ਸੌਂਗਸ ਨੂੰ ਦੇਖਣ ਤੋਂ ਬਾਅਦ ਇਸ ਦੇ ਨਾਲ ਹੀ ਉਹਨਾਂ ਦੀ ਅਚੀਵਮੈਂਟ ਨੂੰ ਦੇਖਣ ਤੋਂ ਬਾਅਦ ਆਈ ਐਮ ਸ਼ੋਰ ਕਿ ਉਹਨਾਂ ਦਾ ਅਪਕਮਿੰਗ ਸੌਂਗ ਨਾਗਿਨ ਜੈਸੀ ਕਮਰ ਹਿਲਾ ਸੌਂਗ ਵੀ ਬਹੁਤ ਜ਼ਿਆਦਾ ਅਮੇਜ਼ਿੰਗ ਹੋਣ ਵਾਲਾ ਤੇ ਇਸਦੀ ਵੀਡੀਓ ਦੇਖ ਕੇ ਵੀ ਲੋਕ ਉਨਾ ਹੀ ਜ਼ਿਆਦਾ ਸਰਪ੍ਰਾਈਜ਼ ਹੋਣਗੇ ਸੋ ਜੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਸ ਸੌਂਗ ਦਾ ਪੋਸਟਰ ਕਿਹੋ ਜਿਹਾ ਲੱਗਾ ਤੇ ਤੁਹਾਡੀ ਕੀ ਐਕਸਪੈਕਟੇਸ਼ਨਸ ਨੇ ਇਸ ਸੌਂਗ ਨੂੰ ਲੈ ਕੇ ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਨਹੀਂ ਸੁਣ ਕਿਹੋ ਜੇ ਲੱਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਭਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ